ਕਣਕ ਦੀ ਫਸਲ ਇਸ ਵਾਰ ਥੋੜ੍ਹੀ ਜਲਦੀ ਪੱਕ ਗਈ ਔਰ ਮੰਡੀਆਂ ਦੇ ਵਿੱਚ ਆ ਚੁੱਕੀ ਔਰ ਕਿਸਾਨ ਵੀਰ ਵੀ ਸਾਡੇ ਨਾਲ ਆ ਆਪਾਂ ਜਾਣਾਂਗੇ ਕੋਈ ਮੁਸ਼ਕਿਲ ਪਰੇਸ਼ਾਨੀ ਤਾਂ ਨਹੀਂ ਆਈ ਔਰ ਕਣਕ ਦਾ ਝਾੜ ਕਿਸ ਤਰ੍ਹਾਂ ਦਾ ਰਿਹਾ ਹਾਂਜੀ ਅੰਕਲ ਤੁਸੀਂ ਮੰਡੀ ਦੇ ਵਿੱਚ ਆ ਚੁੱਕੇ ਹੋ ਕਣਕ ਤੁਹਾਡੀ ਤੁੱਲ ਰਹੀ ਹੈ ਹਾਂਜੀ ਕਦੋਂ ਆਏ ਸੀ ਅੱਜ ਸਵੇਰੇ ਆਏ ਸਵੇਰੇ ਆਏ ਤਾਂ ਕੋਈ ਪਰੇਸ਼ਾਨੀ ਦਿੱਕਤ ਤਾਂ ਨਹੀਂ ਆਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਅਤੇ ਦੂਜਾ ਆਪਾਂ ਗੱਲ ਕਰਦੇ ਹਾਂ ਜਿੱਦਾਂ ਕਿ ਕਣਕ ਗਰਮੀ ਥੋੜ੍ਹੀ ਇਸ ਵਾਰ ਜ਼ਿਆਦਾ ਪੈਣੀ ਸ਼ੁਰੂ ਹੋ ਚੁੱਕੀ ਹੈ ਗਰਮੀ ਦੇ ਸਰ ਜ਼ਿਆਦਾ ਅਤੇ ਕਣਕ ਦੇ ਕੁਛ ਝਾੜ ਵਿੱਚ ਫਰਕ ਪਿਆ ਝਾੜ 4 ਕੁਇੰਟਲ ਖੇਤ ਦਾ ਘੱਟ ਜਾਣਾ 4 ਕੁਇੰਟਲ ਯਾਨੀ ਕਿ ਘੱਟ ਗਿਆ ਐਵਰੇਜ ਘੱਟ ਜਾਣੀ ਹਾਂ 4 ਕੁਇੰਟਲ ਐਵਰੇਜ ਘੱਟ ਜਾਣਾ ਝਾੜ 4 ਕੁਇੰਟਲ ਝਾੜ ਘੱਟ ਗਿਆ ਅਤੇ ਰੇਟ ਦੇ ਵਿੱਚ ਪਹਿਲਾਂ ਨਾਲੋਂ ਕਿੰਨਾ ਜ਼ਿਆਦਾ ਮਿਲਿਆ ਇਸ ਵਾਰ ਰੇਟ ਤਾਂ 50 ਰੁਪਏ ਵਧਿਆ ਸਿਰਫ 50 ਰੁਪਏ ਦਾ ਰੇਟ ਦਾ ਵਜ਼ਾਫਾ ਹੋਇਆ ਕੀ ਲੱਗਦਾ ਕਿ 50 ਕੁ ਰੁਪਏ ਕਾਫੀ ਸੀ ਨਹੀਂ ਕਾਫੀ ਨਹੀਂ ਤੁਹਾਡੇ ਮੁਤਾਬਕ ਕਿੰਨਾ ਕੁ ਹੋਣਾ ਚਾਹੀਦਾ ਝਾੜ ਘੱਟੋ ਘੱਟ ਝਾੜ 25 ਕੁਇੰਟਲ ਹੋਣਾ ਚਾਹੀਦਾ 25 ਕੁਇੰਟਲ ਝਾੜ ਹੋਣਾ ਚਾਹੀਦਾ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਦਾ ਕਿੰਨਾ ਕੁ ਵਾਧਾ ਹੋਣਾ ਚਾਹੀਦਾ ਰੇਟ ਦਾ ਵੀ ਵਾਧਾ ਸੀਜ਼ਨਲੀ 500 ਰੁਪਇਆ ਕੁਇੰਟਲ ਦਾ ਹੋਣਾ ਚਾਹੀਦਾ ਜਿੰਨੇ ਖਰਚੇ ਵੱਧ ਗਏ ਆ ਝਾੜ ਘਟ ਗਏ ਆ 500 ਰੁਪਇਆ ਕੁਇੰਟਲ ਦਾ ਵਾਧਾ ਹੋਣਾ ਚਾਹੀਦਾ ਦੇਖੋ ਨਾ ਤੁਸੀਂ ਕਿਸਾਨ ਹੋ ਖੇਤੀ ਕਰਦੇ ਹੋ ਜਿੱਦਾਂ ਕਿ ਫਸਲ ਨੂੰ ਜਦੋਂ ਕਣਕ ਨੂੰ ਖਾਦ ਵੀ ਪਾਈ ਜਾਂਦੀ ਆ ਰਹੇ ਸਪਰੇ ਸਾਰਾ ਕੁਛ ਹੁੰਦਾ ਅਤੇ ਜੋ ਦੂਜੀਆਂ ਚੀਜ਼ਾਂ ਪਾਈ ਜਾਂਦੀਆਂ ਤਾਕਤ ਲਈ ਦਵਾਈ ਪਾਈ ਜਾਂਦੀ ਉਹਨਾਂ ਦਾ ਰੇਟ ਕਿੰਨੇ ਕੁ ਵਧਿਆ ਇਸ ਵਾਰ ਉਹਨਾਂ ਦਾ ਰੇਟ ਤਾਂ 50% ਵੱਧ ਗਿਆ ਉਸ ਦੇ ਮੁਤਾਬਕ ਕਣਕ ਦਾ ਰੇਟ ਥੋੜ੍ਹਾ ਬਿਲਕੁਲ ਨਗੋਣਾ ਵਧਿਆ ਇਹਦਾ ਕੋਈ ਜ਼ਿਆਦਾ ਨਹੀਂ ਵਧਿਆ 50 ਰੁਪਏ ਕੁਇੰਟਲ ਕੋਈ ਮਹਿਲੇ ਨਹੀਂ ਰਖਾਉਂਦਾ ਵਧਣਾ ਬਹੁਤ ਘੱਟ ਹੈ ਖਰਚੇ ਦੇ ਮੁਤਾਬਕ ਡੀਜ਼ਲ ਮਹਿੰਗਾ ਹੋ ਗਿਆ ਖਾਦਾਂ ਮਹਿੰਗੀਆਂ ਹੋ ਗਈਆਂ ਦਵਾਈਆਂ ਮਹਿੰਗੀਆਂ ਹੋ ਗਈਆਂ ਲੇਬਰ ਮਹਿੰਗੀ ਹੋ ਗਈ ਬਿਲਕੁਲ ਜੀ ਇੱਕ ਕਿਸਾਨ ਅੰਕਲ ਕਹਿੰਦੇ ਕਿ ਕਣਕ ਦਾ ਰੇਟ ਵਧਿਆ ਪਰ ਰੇਟ ਥੋੜ੍ਹਾ ਵਧਿਆ ਕਿਉਂਕਿ ਜੋ ਦੂਜੀਆਂ ਚੀਜ਼ਾਂ ਖਾਦਾਂ ਸਪਰੇਆਂ ਸਾਰੀਆਂ ਕਾਫੀ ਜ਼ਿਆਦਾ ਮਹਿੰਗੀਆਂ ਹੋਈਆਂ ਔਰ ਮੰਡੀ ਦੀ ਮੈਂ ਤਸਵੀਰ ਦਿਖਾ ਦਿੰਦਾ ਤੁਸੀਂ ਦੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਕਣਕ ਆਈ ਆ ਫਿਲਹਾਲ ਕਣਕ ਥੋੜ੍ਹੀ ਆਈ ਆ ਕਿਉਂਕਿ ਗਰਮੀ ਦਾ ਗਰਮੀ ਵੀ ਕਾਫੀ ਜ਼ਿਆਦਾ ਔਰ ਇਸ ਵਾਰ ਕਣਕ ਪਹਿਲਾਂ ਜ਼ਰੂਰ ਪੱਕੀ ਆ ਪਰ ਕਿਤੇ ਨਾ ਕਿਤੇ ਕਣਕ ਵੀ ਥੋੜ੍ਹੀ ਆਈ ਆ ਤੁਸੀਂ ਦੇਖ ਸਕਦੇ ਹੋ ਕੁਛ ਥਾਵਾਂ 'ਤੇ ਕਣਕ ਪਈ ਆ ਪਰ ਕਣਕ ਨੂੰ ਤੋਲਣ ਦੇ ਵਿੱਚ ਕੋਈ ਅੰਕਲ ਕਹਿੰਦੇ ਕਿ ਕੋਈ ਪਰੇਸ਼ਾਨੀ ਨਹੀਂ ਹੈ ਜਿੱਦਾਂ ਕਿ ਸਵੇਰੇ ਆਇਆ ਅਤੇ ਹੁਣ ਇਹ ਵਿਹਲੇ ਹੋ ਕੇ ਘਰਾਂ ਨੂੰ ਜਾ ਰਿਹਾ ਕਣਕ ਦੀ ਜੋ ਫਸਲ ਆ ਪੱਕ ਕੇ ਮੰਡੀਆਂ ਦੇ ਵਿੱਚ ਆ ਚੁੱਕੀ ਆ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਪਰ ਫਿਰ ਵੀ ਕਣਕ ਪੱਕੀ ਪਰ ਮੰਡੀਆਂ ਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਕਣਕ ਆਈ ਆ ਅੰਕਲ ਕਣਕ ਜ਼ਿਆਦਾਤਰ ਪੱਕ ਚੁੱਕੀ ਹੈ ਪਰ ਮੰਡੀਆਂ ਦੇ ਵਿੱਚ ਘੱਟ ਆਉਣ ਦਾ ਕਾਰਨ ਕੀ ਲੱਗਦਾ ਤੁਸੀਂ ਵੀ ਕਿਸਾਨ ਹੋ ਇੱਦਾਂ ਜੀ ਮੰਡੀਆਂ ਦੇ ਵਿੱਚ ਘੱਟ ਆਉਣ ਦਾ ਕਾਰਨ ਇਹ ਵੀ ਹਲੇ ਦਿਨ ਨਹੀਂ ਆਏ ਪਕਾਈ ਦੇ ਅਤੇ ਗਰਮੀ ਪੈਣ ਦਾ ਕਰਕੇ ਤਾਂ ਕਣਕ ਪਹਿਲਾਂ ਪੱਕ ਗਈ ਆ ਪਰ ਸਾਡੀ ਲੋੜ ਤੋਂ ਪਹਿਲਾਂ ਯਾਨੀ ਕਿ ਜਿਹੜਾ ਟਾਈਮ ਨਹੀਂ ਹਲੇ ਹੋਇਆ ਉਸ ਤੋਂ ਪਹਿਲਾਂ ਪੱਕਣ ਦਾ ਕਾਰਨ ਇਸ ਕਰਕੇ ਮੰਡੀਆਂ 'ਚ ਕੋਈ ਪ੍ਰਬੰਧ ਨਹੀਂ ਹਲੇ ਵਿਸਾਖੀ ਤੋਂ ਬਾਅਦ ਕਣਕ ਆਉਣੀ ਚਾਹੀਦੀ ਸੀ ਵਿਸਾਖੀ ਤੋਂ ਪਹਿਲਾਂ ਗਈ ਝਾੜ ਦਾ ਕਿੰਨਾ ਫਰਕ ਪਿਆ ਫਰਕ ਬਹੁਤ ਜ਼ਿਆਦਾ ਜੀ ਜਿੱਥੇ ਅਸੀਂ 22-24 ਬੋਰੀਆਂ ਕੱਢਦੇ ਸੀ ਅਤੇ ਸਾਨੂੰ 15 ਬੋਰੀਆਂ ਮਿਲਣਗੀਆਂ ਯਾਰ ਕਿ ਜ਼ਿਮੀਂਦਾਰ ਨੂੰ ਸਾਨੂੰ ਬੜਾ ਜ਼ਿਆਦਾ ਨਹੀਂ ਇਸ ਗੱਲ ਦਾ ਪਤਾ ਵੀ ਉਹ ਫੜ ਹੋਰ ਕਿਸੇ ਦਾ ਜੇ ਉਹ ਸਾਂਝਾ ਫੜਿਆ ਤਾਂ ਇਹਨਾਂ ਦੀ ਇਹ ਗਲਤੀ ਆ ਕਿ ਉੱਥੇ ਕਿਉਂ ਨਹੀਂ ਲਵਾਉਂਦੇ ਇੱਥੇ ਸਾਨੂੰ ਅਸੀਂ ਰੜੇ ਹਾਂ ਉੱਥੇ ਉਹ ਗੱਡੀਆਂ ਖੜੀਆਂ ਉੱਥੇ ਵਿਹਲਾ ਥਾਂ ਪਿਆ ਜੀ ਉੱਥੇ ਵਿਹਲੇ ਥਾਂ ਹੋਣ ਦਾ ਕਾਰਨ ਵੀ ਅੰਦਰ ਨਹੀਂ ਲਵਾ ਰਹੇ ਪਰ ਜ਼ਿਮੀਂਦਾਰਾਂ ਦੇ ਨਾਲ ਇਹ ਮਿਲਾਇਆ ਜਾ ਰਿਹਾ ਔਰ ਆੜ੍ਹਤੀ ਵੀਰ ਵਿਸੜੇ ਨਾਲ ਵੀਰ ਸਭ ਤੋਂ ਇਹ ਜ਼ਿਮੀਂਦਾਰਾਂ ਦਾ ਸਵਾਲ ਸੀ ਔਰ ਮੇਰਾ ਵੀ ਇਹੀ ਸਵਾਲ ਹੈ ਕਿ ਇਹ ਕਣਕ ਬਾਹਰ ਪਈ ਆ ਅੱਗੇ ਇੱਕ ਆਪਾਂ ਕਹਿ ਸਕਦੇ ਸ਼ੈੱਡ ਆ ਕਾਫੀ ਵੱਡਾ ਸ਼ੈੱਡ ਵੀ ਹੈ ਇਹ ਕਣਕ ਉਹ ਅੰਦਰ ਕਿਉਂ ਨਹੀਂ ਲਵਾਈ ਜਾ ਰਹੀ ਕੀ ਕਰਨਾ ਜੀ ਭਾਈ ਜਿਹੜੇ ਨਾ ਫੜ ਹੁੰਦਾ ਆ ਇਹ ਸਾਰਿਆਂ ਨੇ ਆਪੋ ਆਪਣੇ ਆੜ੍ਹਤੀ ਨਾਲ ਆਸੋ ਜੀ ਡਿਵਾਈਡ ਕੀਤਾ ਹੁੰਦਾ ਹੈ ਜਿੱਦਾਂ ਜ਼ਿਮੀਂਦਾਰ ਲਾਉਣੇ ਹੁੰਦੇ ਆ ਹਰੇਕ ਨੇ ਆਪੋ ਆਪਣਾ ਫਸਲ ਸਿੱਟਣੀ ਹੁੰਦੀ ਆ ਇਹ ਹੁਣ ਜਦੋਂ ਮਾਲ ਭਰ ਕੇ ਬੋਰੀਆਂ ਰਾਤ ਨੂੰ ਇਹ ਉਹ ਸ਼ੈੱਡ ਦੇ ਵਿੱਚ ਮੁੜ ਕੇ ਚੱਲ ਜਾਣਾ ਆ ਮਾਲ ਜਿਹੜਾ ਨਹੀਂ ਵੀ ਜੇ ਉਹਨਾਂ ਕੋਲ ਜ਼ਿਆਦਾ ਮਾਲ ਵੀ ਆਉਂਦਾ ਆ ਇਹਦੇ ਉੱਤੇ ਤਰਪਾਲ ਪਾ ਕੇ ਮੁੜ ਕੇ ਉਹਨੂੰ ਪ੍ਰੋਪਰ ਮੌਸਮ ਦੇ ਜੇ ਹੋਵੇ ਕੋਈ ਇਦਾਂ ਨਹੀਂ ਤਾਂ ਉਹਨੂੰ ਢੱਕਿਆ ਜਾਂਦਾ ਸਾਰੇ ਪ੍ਰਬੰਧ ਆ ਆਪਣੇ ਕੋਲ ਤਰਪਾਲਾਂ ਵੀ ਹੁੰਦੀਆਂ ਤਰਪਾਲਾਂ ਵਗੈਰਾ ਸਾਰੀ ਮੰਡੀ ਦੀਆਂ ਤਕਰੀਬਨ ਸਾਰੇ ਕੋਲ ਸਾਰੇ ਕੋਲ ਆਪੋ ਆਪਣੀਆਂ ਤਰਪਾਲਾਂ ਸਾਰਿਆਂ ਕੋਲ ਆਪੋ ਆਪਣਾ ਜੋ ਹੈਗਾ ਮਾਰਕੀਟ ਕਮੇਟੀ ਦਾ ਜੋ ਹਦਾਇਤਾਂ ਦੇ ਮੁਤਾਬਕ ਹਰੇਕ ਕੋਲ ਆਪਣਾ ਪ੍ਰਬੰਧ ਪੂਰਾ ਹੈ ਜੀ ਹੁਣ ਤੱਕ ਕਿੰਨੇ ਕੁ ਪਰਸੈਂਟ ਜੋ ਕਣਕ ਮੰਡੀ ਦੇ ਵਿੱਚ ਆ ਚੁੱਕੀ ਹੈ ਮੰਡੀ ਭਾਈ ਹਜੇ ਤਾਂ ਅਰਾਈਵਲ ਸ਼ੁਰੂ ਹੋਈ ਆ ਹਰੇਕ ਜਿਵੇਂ ਕੋਈ ਇੱਕ ਦੋ ਟਰਾਲੀਆਂ ਹਜੇ ਤਾਂ ਸਟਾਰਟਿੰਗ ਹੀ ਹੋਈ ਹੈ ਯਾਨੀ ਕਿ ਸਟਾਰਟਿੰਗ ਹੀ ਹੋਈ ਹੈ ਹਾਂਜੀ ਤੇ ਕਣਕ ਤੇ ਕੀ ਲੱਗਦਾ ਕਿ ਉਸ ਵਾਰ ਕਣਕ ਪਹਿਲਾਂ ਆਈ ਹੈ ਜਾਂ ਲੇਟ ਆਈ ਹੈ ਨਹੀਂ ਠੀਕ ਹੈ ਅੱਗੇ ਵੀ ਇਹਦੇ ਇਹਦੇ ਹੀ ਆਉਂਦੀ ਆ ਦੋ ਤਿੰਨ ਟਾਈਮ ਮੁਤਾਬਕ ਹੀ ਆ ਗਈ ਟਾਈਮ ਮੁਤਾਬਕ ਆ ਗਈ ਹੈ ਠੀਕ ਹੈ ਕੋਈ ਇਦਾਂ ਪਹਿਲਾਂ ਲੱਗਦਾ ਸੀਗਾ ਕਿ ਜਲਦੀ ਮੌਸਮ ਦੇ ਨਾਲ ਵੀ ਜਲਦੀ ਹੋ ਜਾਊਗਾ ਮੀਂਹਾਂ ਦਾ ਕਰਕੇ ਧੁੱਪ ਪੈ ਗਈ ਸੀਗੀ ਇੱਕਦਮ ਪਰ ਠੀਕ ਆ ਐਵਰੇਜ ਹੁਣ ਬਾਕੀ ਇੱਕ ਦੋ ਦਿਨ ਤੱਕ ਪਤਾ ਲੱਗ ਜਾਊਗਾ ਸਹੀ ਅਰਾਈਵਲ ਕਿੱਦਾਂ ਹੁੰਦੀ ਹੈ ਬਿਲਕੁਲ ਜੀ ਮੰਡੀਆਂ ਦੇ ਵਿੱਚ ਕਣਕ ਪਹੁੰਚ ਚੁੱਕੀ ਔਰ ਆੜ੍ਹਤੀ ਸਾਹਿਬ ਨੇ ਕਿਹਾ ਕਿ ਜੋ ਅੰਦਰ
ਇਹ ਫਲ ਡਿਵਾਈਡ ਹੁੰਦੇ ਆ ਅਲੱਗ ਅਲੱਗ ਕਿੰਨੇ ਅੜਤੀ ਆ ਅਲੱਗ ਅਲੱਗ ਵੰਡੇ ਹੋਏ ਆ। ਜੇਕਰ ਬਰਸਾਤ ਦਾ ਮੌਸਮ ਆਉਂਦਾ ਤਾਂ ਇੱਥੇ ਤਰਪਾਲਾਂ ਦਾ ਵੀ ਪ੍ਰਬੰਧ ਕੀਤਾ ਗਿਆ, ਪਰ ਇਸ ਤੋਂ ਬਾਅਦ ਬੋਰੀਆਂ ਭਰੀਆਂ ਜਾਣਗੀਆਂ, ਭਰਨ ਤੋਂ ਬਾਅਦ ਤੁਰੰਤ ਅੰਦਰ ਸ਼ੈੱਡ ਦੇ ਲਗਾਈਆਂ ਜਾਣਗੀਆਂ। ਜੋ ਜ਼ਿਮੀਂਦਾਰ ਨੇ ਸਵਾਲ ਕੀਤਾ ਸੀ ਉਹਨਾਂ ਦੇ ਸਵਾਲ ਦਾ ਜੋ ਜਵਾਬ ਵੀ ਇਹਨਾਂ ਨੇ ਇੱਥੇ ਦਿੱਤਾ। ਕੈਮਰਾ ਪਰਸਨ ਮਨਜੀਤ, ਹਰਦੀਪ, NNR ਨਿਊਜ਼, ਨਕੋਦਰ।